ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦੀਪ ਜਗਦੀਪ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ। ਦੋਸਤੋ, ਅੱਜ ਅਸੀਂ ਪ੍ਰੋਫੈਸਰ ਰਵਿੰਦਰ ਹੋਰਾਂ ਦੀ ਇੱਕ ਬਹੁਤ ਹੀ ਪ੍ਰਭਾਵੀ ਕਵਿਤਾ ਤੂੰ ਪੁੱਛਿਆ ਪਿੰਡ ਦਾ ਹਾਲ ਲੈ ਕੇ ਹਾਜ਼ਰ ਹੋਏ ਹਾਂ ਜੀ। ਸੋ ਉਮੀਦ ਹੈ ਤੁਹਾਨੂੰ ਪਸੰਦ ਆਏਗੀ। ਸੋ ਪੇਸ਼ ਖਿਦਮਤ ਤੂੰ ਪੁੱਛਿਆ ਪਿੰਡ ਦਾ ਹਾਲ। ਪਿਆਰੇ ਮਿੱਤਰ, ਤੂੰ ਪੁੱਛਿਆ ਇਹ ਪਿੰਡ ਦਾ ਹਾਲ, ਖੁਸ਼ੀ ਹੋਵੇਗੀ ਜਾਣ ਕੇ ਤੈਨੂੰ ਕਿ ਬਹੁਤ ਤਰੱਕੀ ਕਰ ਗਿਆ ਇਹ ਪਿੰਡ। ਗੁਰਦੁਆਰੇ ਵਾਲਾ ਸਕੂਲ ਜਿੱਥੇ ਸਨ ਬਸ ਦੋ ਹੀ ਮਾਸਟਰ, ਬਣ ਗਈ ਇਹ ਵੱਡੀ ਬਿਲਡਿੰਗ ਤੇ ਬਦਲ ਗਿਆ ਇਹ ਕਾਲਜ ਵਿੱਚ। ਉਦੋਂ ਤਾਂ ਪੰਜ ਪੜ੍ਹਿਆ ਵੀ ਜਿੱਥੇ ਪਟਵਾਰੀ ਲੱਗਦਾ ਸੀ ਉੱਥੇ ਐਮ ਏ ਪਾਸਾਂ ਨੂੰ ਵੀ ਮੁਨਸ਼ੀ ਨਹੀਂ ਲਾਉਂਦਾ ਕੋਈ। ਪਿੰਡ ਦਾ ਹਕੀਮ ਜੋ ਕਈ ਵਾਰ ਮਰੀਜ਼ਾਂ ਤੋਂ ਭੁੱਲ ਜਾਂਦਾ ਸੀ ਪੈਸੇ ਲੈਣੇ, ਉਸ ਤੋਂ ਦਵਾ ਦਾਰੂ ਹੁਣ ਨਹੀਂ ਦਵਾਨੀ ਦੀ ਲੈਂਦਾ ਕੋਈ। ਹੁਣ ਤਾਂ ਵੀਹਾਂ ਮੰਜਿਆਂ ਵਾਲਾ ਬਣ ਗਿਆ ਇਹ ਹਸਪਤਾਲ, ਭਾਵੇਂ ਕਦੇ ਕਦਾਈ ਕੋਈ ਖੂਨ ਵੇਚਦਾ ਫੜਿਆ ਜਾਂਦਾ ਹੈ। ਹੁਣ ਦੇ ਲੋਕੀ ਜਾਂਗਲੀ ਬਣ ਕੇ ਮੇਲਿਆਂ ਉੱਤੇ ਪਹਿਲਾਂ ਵਾਂਗ ਨਹੀਂ ਲੜਦੇ ਤੇ ਮਰਦੇ, ਨਾ ਹੀ ਚੱਲਦੇ ਹਨ ਮੁਕੱਦਮੇ, ਨਾ ਹੀ ਖੱਜਲ ਖੁਆਰੀ ਕੋਈ। ਹੁਣ ਤਾਂ ਝੋਨੇ ਦੀਆਂ ਦਵਾਈਆਂ ਬਾਥੂ ਘੱਟ ਤੇ ਬੰਦੇ ਵੱਧ ਮਾਰਨ, ਪਹਿਲਾਂ ਵਾਂਗ ਨਹੀਂ ਹੁਣ ਚੱਲਦਾ ਬੇਹਿਸਾਬਾ ਹੀ ਸਾਰਾ ਕੁਝ। ਹੁਣ ਤਾਂ ਮਾਂ ਬਾਪ ਨੂੰ ਰੋਟੀ ਵੀ ਮਿਲਦੀ ਹੈ ਹਿੱਸੇ ਨਾਲ। ਤੂੰ ਪੁੱਛਿਆ ਇਹ ਪਿੰਡ ਦਾ ਹਾਲ, ਖੁਸ਼ੀ ਹੋਵੇਗੀ ਜਾਣ ਕੇ ਤੈਨੂੰ ਕਿ ਬਹੁਤ ਤਰੱਕੀ ਕਰ ਗਿਆ ਇਹ ਪਿੰਡ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਰਚਨਾ। ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਦੋਸਤੋ, ਅਗਰ ਤੁਸੀਂ ਵੀ ਕੋਈ ਰਚਨਾ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤਾਂ ਸਾਨੂੰ ਲਿਖੇ ਹੋਏ ਈਮੇਲ ਪਤੇ ਉੱਤੇ ਜ਼ਰੂਰ ਈਮੇਲ ਕਰੋ। ਸੋ ਅਗਲੀ ਵਾਰੀ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਕਲਮ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।